ਸਾਡੇ ਪੁਰਖੇ ਕੁਦਰਤੀ ਖੇਤੀ ਤਾਂ ਕਰਦੇ ਸੀ ਉਹਨਾਂ ਨੂੰ ਕੁਦਰਤੀ ਕੁਦਰਤੀ ਖੇਤੀ ਤੋਂ ਹਟਾਇਆ ਕਿਨੇ ਹਮ ਸਰਕਾਰਾਂ ਨੇ ਅਫਸਰ ਰਾਤ ਨੂੰ ਚੋਰੀ ਜਾ ਕੇ ਕਿਸਾਨਾਂ ਦੀ ਕਣਕ ਦੇ ਵਿੱਚ ਯੂਰੀਆ ਪਾ ਕੇ ਆਉਂਦੇ ਰਹੇ ਹਮ ਤਾਂ ਫਿਰ ਅੱਜ ਤੁਸੀਂ ਕਿਸਾਨਾਂ ਨੂੰ ਕਿਉਂ ਕਹਿੰਦੇ ਹੋ ਗਲਤੀ ਜਿਹੜੀ ਆ ਸਰਕਾਰ ਕੋਲ ਹੋਈ ਹੈ ਗਲਤੀ ਯੂਨੀਵਰਸਿਟੀਆਂ ਕੋਲ ਹੋਈ ਹੈ ਕਿ ਤੁਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਇਹ ਜਿਹੜੀ ਪੂਰੀ ਖਾਦ ਕਿੰਨੀ ਪਾਉਣੀ ਹੈ ਉਸ ਤੋਂ ਵੱਧ ਨਹੀਂ ਪਾਉਣੀ ਇਸ ਕਰਕੇ ਬਿਮਾਰੀਆਂ ਦਾ ਸ਼ਕਾਰ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਮੰਨ ਕੇ ਬਾਤ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਹੈ ਕਿ ਚੋਣ ਜ਼ਾਬਤਾ ਮਾਰਚ ਦੇ ਵਿੱਚ ਜਲਦ ਹੀ ਲੱਗਣ ਵਾਲਾ ਹੈ ਤੇ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਇੱਕ ਤਾਂ ਖਾਸ ਤੌਰ ਦੇ ਉੱਤੇ ਵੜੈਸਾ ਬੋ ਉਹਨਾਂ ਨੇ ਕਿਹਾ ਹੈ ਕਿ ਕੁਦਰਤੀ ਖੇਤੀ ਨੂੰ ਅਪਣਾਉਣ ਦੀ ਲੋੜ ਹੈ ਤੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਬੀਬੀਆਂ ਨੇ ਕਿਸਾਨ ਬੀਬੀਆਂ ਨੇ ਉਹ ਅੱਗੇ ਆ ਰਹੀਆਂ ਨੇ ਕੁਦਰਤੀ ਖੇਤੀ 'ਚ ਤੇ ਇੱਕ ਡਰੋਨ ਦੀਦੀ ਦੇ ਨਾਮ ਨਾਲ ਸੀਤਾਪੁਰ ਦੀ ਮਹਿਲਾ ਮਸ਼ਹੂਰ ਹੈ ਸੁਨੀਤਾ ਡਰੋਨ ਦੀਦੀ ਸੁਨੀਤਾ ਕਹਿੰਦੇ ਨੇ ਉਹਨੂੰ ਡਰੋਨ ਦੇ ਨਾਲ ਉਹ ਖੇਤੀ ਵਗੈਰਾ ਕਰਦੀ ਆ ਤਾਂ ਉਹਦੇ ਨਾਲ ਉਹਨਾਂ ਨੇ ਫੋਨ 'ਤੇ ਗੱਲਬਾਤ ਕੀਤੀ ਹੈ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਉਹ ਕਹਿੰਦੇ ਨੇ ਕਿ ਅਸੀਂ ਕੈਮੀਕਲ ਪਾ ਪਾ ਕੇ ਆਪਣੀ ਧਰਤੀ ਮਾਤਾ ਨੂੰ ਖਰਾਬ ਕਰ ਦਿੱਤਾ ਹੈ ਉਹਨੂੰ ਕਸ਼ਟ ਪਹੁੰਚਾਇਆ ਹੈ ਪਰ ਹੁਣ ਜਿਹੜੀ ਸਾਡੀ ਮਾਤਰੀ ਸ਼ਕਤੀ ਹੈ ਜਿਹੜੀ ਮਹਿਲਾਵਾਂ ਦੀ ਸ਼ਕਤੀ ਹੈ ਉਹ ਇਸ ਨੂੰ ਬਚਾਉਣ ਦੇ ਵਿੱਚ ਅੱਗੇ ਆ ਰਹੀ ਹੈ ਤੇ ਉਹਨਾਂ ਨੇ ਜੰਗਲੀ ਜੀਵ ਸੁਰੱਖਿਆ ਦੀ ਵੀ ਗੱਲ ਕੀਤੀ ਹੈ ਕਹਿੰਦੇ ਇਹਨੂੰ ਪੂਰਾ ਹਾਈ ਟੈਕ ਕਰਨਾ ਚਾਹੀਦਾ ਜਿਵੇਂ ਸਾਡੇ ਕੋਲ ਗੈਜਟਸ ਨੇ ਮੋਬਾਈਲ ਨੇ ਲੈਪਟਾਪ ਨੇ ਉਹਨਾਂ ਦੇ ਰਾਹੀਂ ਵੀ ਜਿਹੜੇ ਇਹਨਾਂ ਨੂੰ ਹੋਰ ਪਰਫੁੱਲਤ ਕਰਨਾ ਚਾਹੀਦਾ ਤਾਂ ਜੋ ਅਸੀਂ ਜੰਗਲੀ ਜੀਵ ਤੇ ਕੁਦਰਤ ਨੂੰ ਬਚਾ ਸਕੀਏ ਸਾਡਾ ਆਪਸੀ ਬੜਾ ਸਬੰਧ ਹੈ ਤੇ ਹੋਰ ਵੀ ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ ਤੇ ਇੱਕ ਗੱਲ ਉਹ ਕਰਗੇ ਬੜੈ ਸਾਹਿਬ ਕਹਿੰਦੇ ਜੀ ਇਹ 110ਵਾਂ ਐਡੀਸ਼ਨ ਆ ਮਨਕੀ ਬਾਤ ਦਾ ਇਸ ਤੋਂ ਬਾਅਦ 3 ਮਹੀਨੇ ਇਹ ਪ੍ਰੋਗਰਾਮ ਨਹੀਂ ਹੋਣਾ 111ਵਾਂ ਐਡੀਸ਼ਨ ਬੜਾ 111 ਕਹਿੰਦੇ ਸ਼ੁਭੰਕਾ ਉਹ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਅਸੀਂ ਚਾਣੇ ਆ ਕਿ ਸਾਡੇ ਦਰਸ਼ਕਾਂ ਨੂੰ ਵੀ ਥੋੜਾ ਜਿਹਾ ਸੁਣਾ ਦਈਏ ਤੇ ਫਿਰ ਆਪਾਂ ਉਹਦੇ ਉੱਤੇ ਵਿਚਾਰ ਵਟਾੰਦਰਾ ਕਰੀਏ ਰਗਵੀਰ ਸੋਤਾਹਵਰ ਨੂੰ ਬੇਨਤੀ ਹੈ ਕਿ ਮੋਦੀ ਸਾਹਿਬ ਵਾਲਾ ਉਹ ਥੋੜਾ ਜਿਹਾ ਸਾਨੂੰ ਵੌਇਸ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਕਿ 111 ਵਾਂ ਜਿਹੜਾ ਸੈਗਮੈਂਟ ਆ ਉਹ ਜ਼ਰੂਰ ਸੁਣਾਵਾਂਗੇ देश में लोकसभा चुनाव का माहौल है और जैसा कि पिछली बार हुआ था संभावना है कि मार्च के महीने में आचार संहिता भी लग जाएगी ये मन की बात की बहुत बड़ी सफलता है कि बीते 110 एपिसोड में हमने इसे सरकार की परछाई से भी दूर रखा है मन की बात में देश की सामूहिक शक्ति की बात होती है देश की उपलब्धि की बात होती है ये एक तरह से जनता का जनता के लिए जनता द्वारा तैयार होने वाला कार्यक्रम है लेकिन फिर भी राजनीतिक मर्यादा का पालन करते हुए लोकसभा चुनाव के इन दिनों में अब अगले तीन महीने मन की बात का प्रसारण नहीं होगा अब जब आपसे मन की बात में संवाद होगा तो वो मन की बात का 111वां एपिसोड होगा अगली बार मन की बात की शुरुआत 111 के शुभ अंक से हो तो इससे अच्छा भला क्या होगा जी बिल्कुल साढ़े दर्शक ने सुन लिया तो है कि मोदी साहब दे शब्दों तो यह लगता है कि भाजपा कोई ਪਲੈਨਿੰਗ ਕਰਕੇ ਬੈਠੀ ਆ ਲੰਮੀ ਤਿਆਰੀ ਕਰਕੇ ਬੈਠੀ ਆ ਕਿਉਂਕਿ ਅਕਸਰ ਉਹ ਵੀ ਇਹ ਕਹਿੰਦੇ ਹੁੰਦੇ ਨੇ ਕਿ ਅਸੀਂ ਲੋਕ ਸਭਾ ਦੇ ਵਿੱਚ 370 ਵੋਟਾਂ ਦਾ ਬਹੁਮਤ ਹਾਸਲ ਕਰਨਾ ਹੈ 360 ਸੀਟਾਂ ਦਾ ਹੂੰ ਸੀਟਾਂ ਦਾ ਜੀ ਤੇਮਿੰਦਰ ਜੀ ਹੂੰ ਅੱਜ ਮੈਂ ਸੁਣੀ ਅਧੀ ਸਾਹਿਬ ਦੀ ਗੱਲ ਸੁਣੀ ਆ ਜਿਹੜੀ ਕਿ ਉਹਨਾਂ ਦੀ ਏਸ ਟਿਨਿਓਰ ਸੈਕੰਡ ਟਿਨਿਓਰ ਦੀ ਹੂੰ ਆਖਰੀ ਜਿਹੜੀ ਆ ਉਹ ਮਨ ਕੀ ਬਾਤ ਹੈ ਜੀ ਉਹ ਮਨ ਕੀ ਬਾਤ ਜਿਹੜੀ ਆ ਉਹ 2014 ਦੇ ਵਿੱਚ ਅਕਤੂਬਰ ਤੋਂ ਸ਼ੁਰੂ ਹੋਈ ਸੀ ਪਹਿਲਾ ਐਪੀਸੋਡ ਜਦੋਂ ਉਹਦੋਂ ਗਿਆ ਸੀ ਇਹਨਾਂ ਦਾ ਔਰ ਹਰ ਮਹੀਨੇ ਦੇ ਆਖਰੀ ਐਤਵਾਰ ਜਿਹੜੇ ਆ ਇਹ ਕਰਦੇ ਨੇ ਜੀ ਆਕਾਸ਼वाणी ਤੋਂ ਕਰਦੇ ਆ ਔਰ ਉਹਨੂੰ ਸਾਰੇ ਦੂਰਦਰਸ਼ਨ ਕੇਂਦਰ ਪ੍ਰਾਈਵੇਟ ਕੇਂਦਰ ਵੈਬਸਾਈਟਸ ਬਹੁਤ ਸਾਰੀਆਂ ਥਾਵਾਂ ਤੇ ਹੋਰ ਲੈਂਦਾ ਜੀ ਅੱਛੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਆਉਣਾ ਚਾਹੀਦਾ ਪਰ ਪਹਿਲੀ ਗੱਲ ਤੇ ਇਹ ਆ ਕਿ ਇਸ ਗੱਲ ਦਾ ਸ਼ੁਰੂ ਤੋਂ ਹੀ ਜਿਹੜਾ ਉਚਰਚਾ ਰਹੀ ਆ ਕਿ ਪ੍ਰਧਾਨ ਮੰਤਰੀ ਨੂੰ ਇੰਨਾ ਵਾਰ-ਵਾਰ ਆ ਮਨਕੀ ਬਾਤ ਲਈ ਰੇਡੀਓ ਤੇ ਜਾਂ ਮੀਡੀਆ ਦੇ ਵਿੱਚ ਇੰਨੀ ਵਾਰ-ਵਾਰ ਨਹੀਂ ਹੋਣਾ ਚਾਹੀਦਾ ਵੀ ਇੱਕ ਮਹੀਨੇ ਬਾਅਦ ਕਿੰਨੀਆਂ ਕੁ ਮਨਕੀ ਬਾਤ ਇਕੱਠੀਆਂ ਹੋ ਜਾਂਦੀਆਂ ਨੇ ਹੂੰ ਦੂਸਰੀ ਗੱਲ ਇਹ ਕਿ ਪ੍ਰਧਾਨ ਮੰਤਰੀ ਨੂੰ ਜਦੋਂ ਵੀ ਗੱਲ ਕਰਨੀ ਚਾਹੀਦੀ ਹੈ ਇੰਨੀ ਲੰਮੀ ਨਹੀਂ ਕਰਨੀ ਚਾਹੀਦੀ ਛੋਟਾ ਹੋਣਾ ਚਾਹੀਦਾ ਔਰ ਮੀਨ ਸਾਲ ਦੇ ਵਿੱਚ ਤੁਸੀਂ 2-3 ਵਾਰ ਆ ਜਾਓ ਕੋਈ ਗੱਲ ਨਹੀਂ ਜੀ ਇਹ ਬੋਰਿੰਗ ਹੋਣ ਲੱਗ ਪੈਂਦੀ ਆ ਬਹੁਤ ਵਾਰੀ ਅਕਸਰ ਲੋਕ ਜਿਹੜੇ ਆਉਂ ਚੈਨਲ ਬਦਲ ਲੈਂਦੇ ਆ ਹਮ ਖੈਰ ਠੀਕ ਹੈ ਉਹਨਾਂ ਨੇ ਬੜੇ ਕੀਤੇ ਇਹਦੀਆਂ ਕਿਤਾਬਾਂ ਵੀ ਛਪ ਗਈਆਂ ਹਮ ਪ੍ਰਾਈਵੇਟ ਦਾਰਿਆਂ ਨੇ ਕਿਤਾਬਾਂ ਵੀ ਛਾਪਤੀਆਂ ਛਾਪ ਕੇ ਵੇਚ ਵੀ ਦਿੱਤੀਆਂ ਸਰਕਾਰੀ ਤੌਰ ਤੇ ਸਰਕਾਰੀ ਬਜਟ ਤੇ ਕਿਤਾਬਾਂ ਖਰੀਦ ਲੀਆਂ ਗਈਆਂ ਚਲੋ ਸਰਕਾਰਾਂ ਕਰਦੀਆਂ ਨੇ ਅੰਜ ਪਰ ਅੱਜ ਜਿਹੜੀਆਂ ਦੋ ਗੱਲਾਂ ਇਹਨਾਂ ਨੇ ਕੀਤੀਆਂ ਕਿ ਰਾਜਨੀਤਿਕ ਮਰਿਆਦਾ ਦੀ ਗੱਲ ਕੀਤੀ ਹੈ ਮੋਦੀ ਸਾਹਿਬ ਨੇ ਕਿ ਉਹਦੇ ਮੁਤਾਬਕ ਇਹ ਆ ਕਿ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਉਦੋਂ ਸਰਕਾਰ ਕੋਈ ਅਨਾਉਂਸਮੈਂਟਸ ਨਹੀਂ ਕਰਦੀ ਜੀ ਤੇ ਵੈਸੇ ਪ੍ਰਧਾਨ ਮੰਤਰੀ ਜੀ ਇਹਦੇ ਵਿੱਚ ਅਨਾਉਂਸਮੈਂਟਸ ਤੇ ਕਦੇ ਕਰਦੇ ਨਹੀਂ ਵੀ ਮੈਂ ਕੱਲ ਨੂੰ ਆਹ ਕਰ ਦੇਣਾ ਜਾਂ ਪਰਸੋਂ ਆਹ ਕਰ ਦੇਣਾ ਪਰ ਫਿਰ ਵੀ ਠੀਕ ਹੈ ਪਰ ਮੈਨੂੰ ਇੱਥੇ ਇੱਕ ਗੱਲ ਹੋਰ ਯਾਦ ਆ ਗਈ ਜੀ ਕਿ ਰਾਜਨੀਤਿਕ ਮर्यादा ਦਾ ਮੋਦੀ ਸਾਹਿਬ ਤੁਹਾਨੂੰ ਬਹੁਤ ਖਿਆਲ ਹੈ ਅੱਛੀ ਗੱਲ ਹੈ ਇਹ ਇੱਕ ਮਾਡਲ ਵੀ ਹੋਣਾ ਚਾਹੀਦਾ ਪਰ ਮੈਨੂੰ ਯਾਦ ਆ ਗਿਆ 2002 ਦਾ ਗੋਦਰਾ ਫਰਵਰੀ ਵਾਲਾ ਜੀ ਉੱਥੇ ਜਦੋਂ ਬਹੁਤ ਜ਼ਿਆਦਾ ਹਿੰਸਾ ਹੋਈ ਨਾ ਜੀ ਤਾਂ ਉਦੋਂ ਪ੍ਰਧਾਨ ਮੰਤਰੀ ਜੀ ਗੁਜਰਾਤ ਗਏ ਸੀ ਸਾਡੇ ਬਾਜਪਾਈ ਸਾਹਿਬ ਜੀ ਔਰ ਮੋਦੀ ਸਾਹਿਬ ਉਹ ਤੋਂ ਸੀਐਮਸੀ ਹਮ ਔਰ ਪ੍ਰਧਾਨ ਮੰਤਰੀ ਜੀ ਨੇ ਬੋਲਦਿਆਂ ਬਾਜਪਾਈ ਸਾਹਿਬ ਨੇ ਉਹਨਾਂ ਨੂੰ ਬੜਾ ਦੁੱਖ ਹੋਇਆ ਸੀ ਇਸ ਗੱਲ ਦਾ ਵੀ ਇਹ ਘਟਨਾ ਵਾਪਰ ਗਈ ਪਹਿਲਾਂ ਉੱਥੇ ਜਿਹੜੇ ਆ ਉਹ ਕਾਰ ਸੇਵਕ ਜਿਹੜੇ ਆ ਉਹ ਗੱਡੀ ਦੇ ਵਿੱਚ ਸਾਰ ਦਿੱਤੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਹੈਗਾ ਉਸ ਤੋਂ ਬਾਅਦ ਹਿੰਸਾ ਬੜੇ ਵੱਡੇ ਪੱਧਰ ਤੇ ਪਈ ਹਿੰਦੂ ਸਿੱਖਾਂ ਦੀ ਵਿੱਚ ਕਿੰਨੇ ਲੋਕ ਮਾਰੇ ਗਏ ਦੋਨੋਂ ਪਾਸੇ ਮਾਰੇ ਗਏ ਜੀ ਔਰ ਬਾਜਪਾਈ ਸਾਹਿਬ ਨੇ ਬੋਲਦਿਆਂ ਬੋਲਦਿਆਂ ਗੱਲ ਕਹੀ ਕਿ ਜਿਹੜੀ ਸਰਕਾਰ ਹੁੰਦੀ ਹੈ ਨਾ ਉਹਨੂੰ ਰਾਜ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਜੀ ਬਹੁਤ ਸੀਰੀਅਸ ਸੀ ਬਾਜਪਾਈ ਸਾਹਿਬ ਔਰ ਮੋਦੀ ਸਾਹਿਬ ਬਿਲਕੁਲ ਨਾਲ ਬੈਠੇ ਹੋਏ ਸੀ ਹਮ ਮੋਦੀ ਸਾਹਿਬ ਪਹਿਲਾਂ ਵਿੰਦੇ ਰਹੇ ਔਰ ਫਿਰ ਹੌਲੀ ਜੀ ਉਧਰਲੇ ਪਾਸੇ ਮੂੰਹ ਕੀਤਾ ਬਾਜਪਾਈ ਸਾਹਿਬ ਵਾਲਾ ਔਰ ਮੁਸਕਰਾ ਕੇ ਉਹਨਾਂ ਨੇ ਇਹ ਗੱਲ ਕਹੀ ਜਦੋਂ ਕਿ ਗੁਜਰਾਤ ਜਿਹੜਾ ਉਹ ਸੜ ਰਿਹਾ ਸੀ ਕਿ ਹਮ ਰਾਜ ਧਰਮ ਦਾ ਤੋਂ ਪਾਲਣ ਕਰ ਰਹੇ ਹਮ ਕਿਤੇ ਉਸ ਤਰ੍ਹਾਂ ਦੀ ਰਾਜਨੀਤਿਕ ਮਰਿਆਦਾ ਤਾਂ ਨਹੀਂ ਹੈਗੀ ਜੀ ਕਰ ਸਰਕਾਰ ਹੈ ਮੋਦੀ ਜੀ ਪ੍ਰਧਾਨ ਮੰਤਰੀ ਆ ਕੁਝ ਵੀ ਕਹਿ ਸਕਦੇ ਹੁਣ ਗੱਲ ਆਈ ਇਹਨਾਂ ਨੇ 111 ਵਾਲੀ ਕੀਤੀ ਗੱਲ ਹਮ ਸਰਕਾਰ ਹਾਲੇ ਚੁਣੀ ਜਾਣੀ ਹੈ ਜੀ ਕਿਹੜੀ ਨਵੀਂ ਸਰਕਾਰ ਆਉਣੀ ਹੈ ਕਿਸੇ ਨੂੰ ਨਹੀਂ ਪਤਾ ਹਮ ਪਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਤੁਸੀਂ ਇਹ ਕਿਵੇਂ ਕਲੇਮ ਕਰ ਸਕਦੇ ਹੋ ਕਿ 111ਵਾਂ ਐਪੀਸੋਡ ਤੁਸੀਂ ਹੀ ਕਰੋਗੇ ਜੀ ਨਵੀਂ ਸਰਕਾਰ ਜਿਹੜੀ ਆਉਗੀ ਉਹ ਕਰਦੀ ਹੈ ਸ਼ੁਰੂ ਕਿ ਨਹੀਂ ਕਰਦੀ ਤਿੰਨ ਮਹੀਨਿਆਂ ਬਾਅਦ ਨਾਲੇ ਤਿੰਨ ਮਹੀਨਿਆਂ ਬਾਅਦ ਸੋ ਇਸ ਤੋਂ ਜਿਹੜੇ ਸਵਾਲ ਖੜੇ ਲੋਕਾਂ ਦੇ ਮਨਾਂ ਵਿੱਚ ਹੋਣਗੇ ਕਿ ਜਿਹੜੇ ਉਹ ਪੱਕੇ ਕਰਦੇ ਆ ਲੋਕੀ ਕਿ ਜੀ ਹਾਂ ਈਵੀਐਮ ਦੀ ਜਿਹੜੀ ਆ ਉਹ ਮਿਸਯੂਜ਼ ਹੋਏਗਾ ਉੱਥੇ ਜਿਹੜੀ ਬੂਥ ਕੈਪਚਰਿੰਗ ਹੋਏਗੀ ਔਰ ਬੂਥ ਕੈਪਚਰਿੰਗ ਦੇ ਵਿੱਚ ਵੀ ਵੋਟਾਂ ਪਾਈਆਂ ਜਾਂਦੀਆਂ ਨੇ ਬੂਥ ਕੈਪਚਰਿੰਗ ਲੋਕੀ ਸਮਝਦੇ ਵੀ ਜਿਆਦਾ ਪਹਿਲਾਂ ਲੋਕ ਬੈਲਟ ਪੇਪਰ ਲੈ ਕੇ ਮੋਹਰਾਂ ਲਾ ਦਿੰਦੇ ਹੁੰਦੇ ਸੀ ਹੁਣ ਵੀ ਬੂਥ ਕੈਪਚਰਿੰਗ ਹੋ ਜਾਂਦੀ ਆ ਇੱਕ ਬੰਦਾ ਹੀ ਉਧਰ ਜਿਹੜਾ ਉਹ ਰਿਲੀਜ਼ ਕਰੀ ਜਾਂਦਾ ਵੋਟਰ ਨੂੰ ਦੂਸਰਾ ਬੰਦਾ ਉਧਰ ਦੱਬੀ ਜਾਂਦਾ ਔਰ ਇਹੋ ਜੀਆਂ ਬਹੁਤ ਸਾਰੀਆਂ ਤਾਂ ਇਹ ਆ ਰਹੀ ਹੈ ਨਾ ਨਾ ਵੀਡੀਓ ਜੀ ਜੀ ਸੋ ਇਹ ਇਮਪ੍ਰੈਸ਼ਨ ਦੇਣਾ ਠੀਕ ਨਹੀਂ ਹੈਗਾ ਕਿ ਅਸੀਂ ਹੀ ਆ ਕੇ ਕਰਾਂਗੇ ਨੋ ਡਾਊਟ ਕਿ ਤੁਹਾਡੀ ਸਰਕਾਰ ਬਣ ਜਾਵੇ ਹਮ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿਉਂਕਿ ਲੋਕਾਂ ਨੇ ਵੋਟਾਂ ਪੈਣੀਆਂ ਨੇ ਲੋਕਤੰਤਰ ਹੈ ਜਿਹਨੂੰ ਵੱਧ ਵੋਟਾਂ ਪੈਣਗੀਆਂ ਜਿਹਦੀਆਂ ਵੱਧ ਸੀਟਾਂ ਮਿਲਣਗੀਆਂ ਸੋ ਇਸ ਕਰਕੇ ਇਹ ਬੜੀ ਅਜੀਬ ਗੱਲ ਲੱਗੀ ਹੈ ਇਸ ਤੋਂ ਸਵਾਲ ਤੁਹਾਡੇ ਵਿਰੋਧੀ ਪਾਰਟੀ ਜ਼ਰੂਰ ਕਰੇਗੀ ਕਿ ਕਿਤੇ ਨਾ ਕਿਤੇ ਗੜਬੜ ਹੋ ਰਹੀ ਆ ਸਵਾਲ ਉੱਠਣਗੇ ਉੱਠਣਗੇ ਜਦੋਂ ਤੁਸੀਂ ਕਲੇਮ ਕਰਦੇ ਪਏ ਹੋ ਕਿ 3 ਮਹੀਨੇ ਬਾਅਦ ਅਸੀਂ ਹੋਣਾ ਦੂਸਰੀ ਗੱਲ ਇਹਨਾਂ ਨੇ ਮੋਦੀ ਸਾਹਿਬ ਅਕਸਰ ਇਹਨਾਂ ਨੇ ਬੜੀਆਂ achੀਆਂ ਚੀਜ਼ਾਂ ਵੀ ਪਿਛਲੇ ਐਪੀਸੋਡਸ ਦੇ ਵਿੱਚ ਦਿੱਤੀਆਂ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਘਰ 'ਚ ਤੁਸੀਂ ਬੂਟਾ ਲਾਇਆ ਤੇ ਉਹਨੂੰ ਪਾਣੀ ਦੇਣਾ ਤੇ ਰੋਜ਼ ਪਾਣੀ ਨਹੀਂ ਦਿੱਤਾ ਜਾ ਸਕਦਾ ਬੂਟੇ ਨੂੰ ਪਾਣੀ ਨੂੰ ਥੋੜਾ ਥੋੜਾ ਚਾਹੀਦਾ ਤਾਂ ਉਹ ਕਹਿੰਦੇ ਘੜਾ ਭਰ ਕੇ ਉਹਦੇ ਨੇੜੇ ਮਿੱਟੀ 'ਚ ਦੱਬ ਦਿਓ ਉਹਦੇ 'ਚੋਂ ਆਪਣੇ ਆਪ ਹੌਲੀ ਹੌਲੀ ਪਾਣੀ ਜੜ੍ਹਾਂ ਨੂੰ ਜਾਂਦਾ ਰਹੇਗਾ ਮੈਨੂੰ ਬੜੀ ਵਧੀਆ ਗੱ ਜਿਹੜੀ ਗੱਲ ਇਹਨਾਂ ਨੇ ਕਿਹਾ ਕਿ ਸਾਨੂੰ ਕੁਦਰਤੀ ਖੇਤੀ ਵੱਲ ਆਉਣਾ ਚਾਹੀਦਾ ਜੀ ਕੁਦਰਤੀ ਖੇਤੀ ਨੇ ਸਾਡਾ ਸ਼੍ਰੀਲੰਕਾ ਡੁਬਾ ਦਿੱਤਾ ਹੂੰ ਉੱਥੋਂ ਦੇ ਜਿਹੜੇ ਰਾਜਪੱਖੀ ਪ੍ਰਧਾਨ ਰਾਸ਼ਟਰਪਤੀ ਸੀ ਉਹਨਾਂ ਨੇ ਖੇਤ ਕੁਦਰਤੀ ਖੇਤੀ ਤੇ ਲਿਆਂਦਾ ਔਰ ਉੱਥੋਂ ਦੀ ਖੇਤੀ ਤਬਾਹ ਹੋ ਗਈ ਹੂੰ ਦੂਸਰੀ ਗੱਲ ਤੁਸੀਂ ਕਹਿੰਦੇ ਹੋ ਕਿ ਅਸੀਂ ਕੈਮੀਕਲ ਪਾ ਕੇ ਜ਼ਮੀਨਾਂ ਖਰਾਬ ਕਰ ਲੀਆਂ ਤਾਂ ਇਹਦੇ ਲਈ ਮੈਂ ਮਾਫੀ ਚਾਹਵਾਂਗਾ ਕਿ ਇਹ ਕੈਮੀਕਲ ਦਿੱਤੇ ਕਿਨੇ ਹੂੰ ਕਿਸਾਨਾਂ ਨੇ ਆਬਣਾ ਹੈ ਜੀ ਦਵਾਈਆਂ ਕਿਹਨੇ ਦਿੱਤੀਆਂ ਹਮ ਕਿਸਾਨਾਂ ਨੂੰ ਤੁਸੀਂ ਦਿੱਤੀਆਂ ਸਰਕਾਰ ਨੇ ਦਿੱਤੀਆਂ ਔਰ ਮੈਂ ਤੁਹਾਨੂੰ ਦੱਸਾਂ ਮੇਰੀ ਉਮਰ ਜਿਹੜੀ ਹੈ ਉਹਦੇ ਮੁਤਾਬਕ ਮੇਰੀ ਉਮਰ 64 ਸਾਲਾਂ ਦੀ ਹੋ ਗਈ ਹੈ ਜੀ ਸਾਢੇ 36 ਸਾਲਾਂ ਦੀ ਹਮ ਔਰ ਇਹ ਗੱਲ 1900 ਤੁਸੀਂ ਸਮਝੋ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ 1965 66 ਤੱਕ ਸਾਡੇ ਪੁਰਖੇ ਕੁਦਰਤੀ ਖੇਤੀ ਤਾਂ ਕਰਦੇ ਸੀ ਉਹਨਾਂ ਨੂੰ ਕੁਦਰਤੀ ਕੁਦਰਤੀ ਖੇਤੀ ਤੋਂ ਹਟਾਇਆ ਕਿਨੇ ਹਮ ਸਰਕਾਰਾਂ ਨੇ ਸਰਕਾਰਾਂ ਨੇ ਕਿਉਂ ਹਟਾਇਆ ਕਿਉਂਕਿ ਉਹਨਾਂ ਦੇ ਉੱਤੇ ਇੰਡਸਟਰੀ ਦਾ ਜਿਹੜਾ ਉਹ ਪ੍ਰੈਸ਼ਰ ਸੀ ਯੂਰੀਆ ਬਣਦਾ ਪਿਆ ਸੀ ਡੀਏਪੀ ਬਣਦੀ ਪਈ ਸੀ ਉਹ ਕਿਸਾਨ ਪਾਉਂਦੇ ਨਹੀਂ ਸੀ ਕਿਸਾਨ ਆਪਣੇ ਖੇਤਾਂ 'ਚ ਪਾਉਣ ਨਹੀਂ ਸੀ ਦਿੰਦੇ ਉਹ ਕਹਿੰਦੇ ਸੀ ਇਹ ਜ਼ਹਿਰ ਹੈ ਔਰ ਐਗਰੀਕਲਚਰ ਡਿਪਾਰਟਮੈਂਟ ਦੇ ਅਧਿਕਾਰੀ ਮੈਨੂੰ ਡਾਕਟਰ ਬਲਵਿੰਦਰ ਸਿੰਘ ਸੋਲੋਣਾ ਨੇ ਦੱਸਿਆ ਜੋ ਕਿ ਜੁਆਇੰਟ ਡਾਇਰੈਕਟਰ ਰਿਟਾਇਰ ਹੋਏ ਐਗਰੀਕਲਚਰ ਤੋਂ ਉਹਨਾਂ ਨੇ ਦੱਸਿਆ ਕਿ ਉਸ ਵੇਲੇ ਜਦੋਂ ਇਹ ਖਾਦਾਂ ਆਈਆਂ 65 400 75 ਦਾ ਕ ਕਹਿੰਦੇ ਸਾਡੇ ਅਫਸਰ ਰਾਤ ਨੂੰ ਚੋਰੀ ਜਾ ਕੇ ਕਿਸਾਨਾਂ ਦੀ ਕਣਕ ਦੇ ਵਿੱਚ ਯੂਰੀਆ ਪਾ ਕੇ ਆਉਂਦੇ ਰਹਿਆ ਹੂੰ ਤਾਂ ਫਿਰ ਅੱਜ ਤੁਸੀਂ ਕਿਸਾਨਾਂ ਨੂੰ ਕਿਉਂ ਕਹਿੰਦੇ ਹੋ ਕਿਸਾਨ ਨੂੰ ਲੱਗਿਆ 10 ਕਿਲੋ ਯੂਰੀਆ ਪਾ ਕੇ ਮੇਰਾ ਡਬਲ ਝਾੜ ਹੋ ਗਿਆ ਉਹਨੇ ਅਗਲੀ ਪਹਿਲੀ ਵਾਰੀ ਤੁਸੀਂ ਚੋਰੀ ਪਾ ਕੇ ਆਏ ਅਗਲੀ ਵਾਰੀ ਉਹਨੇ ਤੁਹਾਡੇ ਤੋਂ ਬਿਨਾਂ ਪੁੱਛੇ ਤੋਂ 10 ਦੀ 20 ਕਿਲੋ ਕਰਤੀ ਜੀ ਉਹਦਾ ਡਬਲ ਹੋ ਗਿਆ ਤਾਂ ਫਿਰ ਉਹਨੇ ਤਾਂ ਪਉਣੀ ਸੀ ਆਦਤ ਤਾਂ ਤੁਸੀਂ ਭਾਈ ਗਲਤੀ ਤੁਹਾਡੇ ਡਿਪਾਰਟਮੈਂਟਸ ਕੋਲੋਂ ਹੋਈ ਹੈ ਗਲਤੀ ਜਿਹੜੀ ਆ ਸਰਕਾਰ ਕੋਲੋਂ ਹੋਈ ਹੈ ਗਲਤੀ ਯੂਨੀਵਰਸਿਟੀਆਂ ਕੋਲ ਹੋਈ ਹੈ ਕਿ ਤੁਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਕਿ ਜਿਹੜੀ ਪੂਰੀ ਖਾਦ ਕਿੰਨੀ ਪਾਉਣੀ ਹੈ ਉਸ ਤੋਂ ਵੱਧ ਨਹੀਂ ਪਾਉਣੀ ਇਸ ਕਰਕੇ ਬਿਮਾਰੀਆਂ ਦਾ ਸ਼ਿਕਾਰ ਮੈਂ ਵੀ ਹੋ ਰਿਹਾ ਹਾਂ ਕਿਸਾਨਾਂ ਦੇ ਬੱਚੇ ਵੀ ਹੋ ਰਹੇ ਆਪ ਵੀ ਇਹ ਚੀਜ਼ ਕਹਿੰਦੇ ਆ ਬਿਲਕੁਲ ਦੂਸਰੀ ਗੱਲ ਇਹਨਾਂ ਨੇ ਕੀਤੀ ਜੰਗਲੀ ਜਿਹੜੀ ਹੈ ਉਹ ਜੀਵਾਂ ਦੀ ਬਹੁਤ ਵਧੀਆ ਗੱਲ ਹੈ ਜੰਗਲਾਂ ਨੂੰ ਜਿੰਨਾ ਅਸੀਂ ਬਚਾਵਾਂਗੇ ਉਨਾਂ ਸਾਡਾ ਆਉਣ ਵਾਲਾ ਸਮਾਂ ਜਿਹੜਾ ਵਾਤਾਵਰਣ ਰਹੂਗਾ ਪਰ ਗੱਲ ਇਹ ਹੈ ਕਿ ਕੌਣ ਲੋਕ ਨੇ ਜਿਹੜੇ ਜੰਗਲਾਂ ਦੇ ਵਿੱਚ ਫੈਕਟਰੀਆਂ ਬਣਾ ਰਹੇ ਨੇ ਜੰਗਲਾਂ ਨੂੰ ਜਿਹੜਾ ਉਹ ਕੋਲੋਨਾਈਜੇਸ਼ਨ ਦੇ ਲਈ ਖਾਲੀ ਕਰਾ ਰਹੇ ਨੇ મોદી ਜੀ ਪ੍ਰਧਾਨ ਮੰਤਰੀ ਸਾਹਿਬ ਸਾਡੇ ਇੰਡਸਟਰੀ ਲਿਸਟ ਬਹੁਤ ਨੇ ਜਿੱਥੇ ਜੰਗਲਾਂ ਦੇ ਜੰਗਲ ਸਾਫ ਹੋ ਰਹੇ ਨੇ ਪਰ ਉੱਥੇ ਇੰਡਸਟਰੀ ਲੱਗਦੀ ਪਈ ਹੈ ਹਮ ਔਰ ਇਹ ਮਧ ਪ੍ਰਦੇਸ਼ ਦੇ ਵਿੱਚੋਂ ਛਤੀਸਗੜ ਦੇ ਵਿੱਚੋਂ ਝਾਰਖੰਡ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਬੜੀਆਂ ਖਬਰਾਂ ਆਈਆਂ ਨੇ ਕਿ ਜਿੱਥੇ ਉੱਥੋਂ ਦੇ ਕਬਾਇਲੀਆ ਨੇ ਵਿਰੋਧ ਕੀਤਾ ਕਿ ਸਾਡੀਆਂ ਸਾਨੂੰ ਤੁਸੀਂ ਇੱਥੋਂ ਨਾ ਉਜਾੜੋ ਉਹਨਾਂ ਨੂੰ ਉਜਾੜਿਆ ਜਾ ਰਿਹਾ ਇਹ ਸ਼ਾਇਦ ਤੁਹਾਡੇ ਕੋਲੇ ਸੋਸਾ ਦਾ ਜਾਣਕਾਰੀ ਨਾ ਹੋਵੇ ਪ੍ਰਧਾਨ ਮੰਤਰੀ ਤੱਕੇ ਨਾ ਹੋਵੇ ਇਹ ਵੀ ਬੜੀ ਅਜੀਬ ਗੱਲ ਹੈ ਸੋ ਇੰਡਸਟਰੀਲਾਈਜੇਸ਼ਨ ਅਰਬਨਾਈਜੇਸ਼ਨ ਹੋਰ ਸਾਡੇ ਰੋਡ ਇਨਫਰਾਸਟ੍ਰਕਚਰ ਜਿਹੜਾ ਬਣਦਾ ਪਿਆ ਹੈ ਇਹ ਸਾਡੀ ਜੰਗਲੀ ਸੰਪਦਾ ਜੰਗਲੀ ਜਾਇਦਾਦ ਜੰਗਲੀ ਧਨ ਨੂੰ ਬਰਬਾਦ ਕਰਦਾ ਪਿਆ ਇਹਦੇ ਉੱਤੇ ਨੈਸ਼ਨਲ ਲੈਵਲ ਦੀ ਕਮੇਟੀ ਬਣੀ ਕਿ ਆਪਾਂ ਵਿਕਾਸ ਕਰਨਾ ਹੈ ਜ਼ਰੂਰ ਕਰਨਾ ਹੈ ਪਰ ਅਸੀਂ ਆਪਣੇ ਕੁਦਰਤੀ ਸਾਧਨਾ ਨੂੰ ਕਿਵੇਂ ਬਚਾਉਣਾ ਇਹ ਵੀ ਤੇ ਵੇਖਣ ਦੀ ਲੋੜ ਹੈ ਨਾ ਆਉਣ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਬਣਿਆ ਇਹਦੇ ਵਿੱਚ ਕਿੰਨੇ ਦਰਖਤ ਖਤਮ ਹੋ ਗਏ ਹਮ ਕਿੰਨੀਆਂ ਖਸਾਨਾਂ ਦੀਆਂ ਜ਼ਮੀਨਾਂ ਚਲੀਆਂ ਗਈਆਂ ਤੁਹਾਨੂੰ ਯਾਦ ਆ ਦਰਬਿੰਦਰ ਜੀ ਸਾਡੀ ਜ਼ੀਰਖਪੁਰ ਤੋਂ ਲੈ ਕੇ ਬਟੰਡੇ ਤੱਕ ਜਿਹੜੀ ਸੜਕ ਬਣੀ ਹੈ ਹਮ ਇਸ ਸੜਕ ਦੇ ਉੱਤੇ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਦਰਖਤ ਸੀਗੇ ਜੀ ਇਸੇ ਤਰ੍ਹਾਂ ਜਿਹੜੀ ਚੰਡੀਗੜ੍ਹ ਤੋਂ ਲੈ ਕੇ ਰੋਪੜ ਨੂੰ ਬਣੀ ਆ ਆਨੰਦਪੁਰ ਸਾਹਿਬ ਨੂੰ ਗਈ ਆ ਸੜਕ ਇਸ ਟਾਈਮ ਕੋਨਮੋਨ ਹੋਈਆਂ ਪਈਆਂ ਨੇ ਸੜਕਾਂ ਨਵੇਂ ਦਰਖਤ ਉੱਗਣ ਨੂੰ ਟਾਈਮ ਲੱਗਦਾ ਸੋ ਪਲੈਨਿੰਗ ਜਿਹੜੀ ਆ ਉਹ ਇਹ ਹੋਣੀ ਚਾਹੀਦੀ ਆ ਕਿ ਨਵੇਂ ਦਰਖਤ ਲੱਗੇ ਜਾਣ ਪੁਰਾਣੇ ਜਿਹੜੇ ਆ ਤੁਸੀਂ ਵੱਢੀ ਜਾਓ ਡਵੈਲਪਮੈਂਟ ਹੁੰਦੀ ਜਾਵੇ ਪਰ ਸਾਨੂੰ ਇਹਨਾਂ ਗੱਲਾਂ ਦਾ ਸੋਚ ਨੈਸ਼ਨਲ ਲੈਵਲ ਦੀ ਕਮੇਟੀ ਬਣਾ ਕੇ ਕੋਈ ਕਮਿਸ਼ਨ ਬਣਾ ਕੇ ਕਰਨਾ ਚਾਹੀਦਾ ਹੈ ਯਾਨੀ ਕਿ ਇੰਡਸਟਰੀਲਿਸਟਾਂ ਦੇ ਹੱਥ ਸਭ ਕੁਝ ਆ ਗਿਆ ਉਹ ਜੋ ਕੁਝ ਮੁਸ਼ਕਲਜੀ ਜਾਂਦੇ ਆ ਤੁਸੀਂ ਵੇਖਦੇ ਹੋ ਆਪਣੇ ਲੁਧਿਆਣੇ ਦੇ ਵਿੱਚ ਜਿਹੜਾ ਇੱਕ ਫੈਕਟਰੀ ਲੱਗਣੀ ਸੀਗੀ ਜੀ ਹਾਂਜੀ ਉਹਦੇ ਵਿੱਚ ਕਿੰਨਾ ਵੱਡਾ ਰੋਲਾ ਪਿਆ ਪ੍ਰੈਸ਼ਰ ਪੈਣ ਕਰਕੇ ਉਹ ਜਿਹੜੀ ਹੈ ਸਰਕਾਰ ਨੂੰ ਟੈਕਸਟਾਈਲ ਦਾ ਨਾ ਮੱਤੇਵਾੜਾ ਜੰਗਲਾਂ ਦੇ ਵਿੱਚ ਉਹ ਸਰਕਾਰ ਨੂੰ ਬਦਲਨੀ ਪਈ ਤੇ ਹਾਲੇ ਤੱਕ ਸਰਕਾਰ ਉਹਦਾ ਨਵਾਂ ਥਾਂ ਨਹੀਂ ਦੇ ਸਕੀ ਹਾਲੇ ਤੱਕ ਨਹੀਂ ਦੇ ਸਕੀ ਸੋ ਇਹਦਾ ਮਤਲਬ ਕਿ ਪਲੈਨਿੰਗ ਨਹੀਂ ਹੈਗੀ ਸਾਡੇ ਕੋਲ ਬਿਲਕੁਲ ਜੀ ਸੋ ਮੰਤਰੀ ਪ੍ਰਧਾਨ ਮੰਤਰੀ ਜੀ ਇਹਦੇ ਵਿੱਚ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰ ਚੁੱਕੇ ਹੋਇਆ ਜੀ ਔਰ ਉਹਨਾਂ ਨੇ ਇੰਡਾਇਰੈਕਟਲੀ ਪ੍ਰਚੋਣ ਪ੍ਰਚਾਰ ਰੇਡੀਓ ਨੂੰ ਵਰਤ ਲਿਆ ਜਿੱਥੇ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਮਰਿਆਦਾ ਉਹਨਾਂ ਕਹਿਆ ਕਿ 18 ਸਾਲ ਦੇ ਜਿਹੜੇ ਨੌਜਵਾਨ ਆ ਹੂੰ ਉਹ ਵੋਟ ਜਿਹੜੀ ਆ ਜ਼ਰੂਰ ਪਾਉਣ ਕਿਉਂਕਿ 18ਵੀਂ ਹੁਣ ਲੋਕ ਸਭਾ ਆ ਰਹੀ ਆ ਹੂੰ ਇਹ ਅੱਛੀ ਗੱਲ ਆ ਪਰ ਇਹਦੇ ਵਿੱਚ ਮੈਸੇਜ ਇਹ ਜਾ ਰਿਹਾ ਕਿ ਮੈਨੂੰ ਵੋਟ ਪਾਓ ਹੂੰ 18 ਸਾਲ ਦੇ ਜਿਹੜੇ ਆ ਉਹ ਲੋਕ ਹੈਗੇ ਆ ਕਿਰ ਉਹਨਾਂ ਦੀ ਮਰਜ਼ੀ ਆ ਜੀ ਨੂੰ ਮਰਜ਼ੀ ਪਾਉਣੀ ਚਾਹੀਦੀ ਆ ਅੱਛੀ ਗੱਲ ਆ ਹੂੰ ਵੱਧ ਤੋਂ ਵੱਧ VOTING ਹੋਣੀ ਚਾਹੀਦੀ ਆ ਪਰ ਲੋਕਾਂ ਦਾ ਵਿਸ਼ਵਾਸ EVM ਦੇ ਵਿੱਚ ਬਣਾਉਣਾ ਸਰਕਾਰ ਦਾ ਕੰਮ ਹੈ ਜੀ ਇਦੇ ਲਈ ਸ਼ੰਕੇ ਬੜੇ ਇਕੱਠੇ ਹੋ ਰਿਹਾ ਬਾਨੂ ਪ੍ਰਤਾਪ ਜੀ ਉਹਨਾਂ ਦੇ ਸਾਥੀ ਉਹਨਾਂ ਨੇ ਸੌਖਾਦੀ ਹੋਈ ਆ ਕਹਿੰਦੇ ਇਸ ਵਾਰ ਦੀਆਂ ਇਲੈਕਸ਼ਨਾਂ ਅਸੀਂ EVMs ਦੇ ਉੱਤੇ ਨਹੀਂ ਹੋਣ ਦੇਣੀਆਂ ਉਹਨੂੰ ਦੇਖਦੇ ਆ ਕਿ ਕੌਣ ਕਾਮਯਾਬ ਹੁੰਦਾ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ